ਤਮਿਲਨਾਡੂ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ ਤਰੰਤਾਰਨ ਦੇ ਖੇਮ ਕਰਨ ਇਲਾਕੇ ਦੇ ਦੋਦੇ ਸੋਡੀਆਂ ਦੇ ਵਸਨੇ ਨਾਇਕ ਗੁਰਸੇਵਕ ਸਿੰਘ ਦੀ ਜਾਨ ਵੀ ਗਈ ਏ 31 ਸਾਲ ਦੇ ਨਾਇਕ ਗੁਰਸੇਵਕ ਸਿੰਘ ਦੇ ਘਰ ਇਹ ਜਾਣਕਾਰੀ ਬੀਤੀ ਰਾਤ ਮਿਲੀ ਅਤੇ ਉਸ ਮਕਰੋ ਪੂਰੇ ਪਿੰਡ ਸਮੇਤ ਇਲਾਕੇ ਵਿੱਚ ਸੋਗ ਛਾ ਗਿਆ ਤਰੰਤਾਰਨ ਤੋਂ ਸਾਡੇ ਪੱਤਰਕਾਰ ਅਮੇਤ ਮਰਵਾਹ ਨੇ ਦੱਸਿਆ ਕਿ ਗੁਰਸੇਵਕ ਦੀ ਆਪਣੇ ਪਿਤਾ ਕਾਬਲ ਸਿੰਘ ਨਾਲ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਅਤੇ ਉਹਨਾਂ ਇੱਕ ਹਫਤੇ ਵਿੱਚ ਘਰ ਆਉਣ ਦੀ ਗੱਲ ਆਖੀ ਸੀ ਗੁਰਸੇਵਕ ਦੇ ਘਰ ਲੱਗੀ ਪੀੜ ਤੋਂ ਉਸਦੀ ਬਿਮਾਰ ਪਤਨੀ ਜਸਪ੍ਰੀਤ ਕੌਰ ਹੈਰਾਨੀ ਗੁਰਸੇਵਕਤਿਆਂ ਦੋ ਕੁੜੀਆਂ ਤੇ ਇੱਕ ਮੁੰਡਾ ਹੈ ਇਸ ਦੌਰਾਨ ਫੌਜ ਦੀ ਇੱਕ ਟੁਕੜੀ ਵੱਲੋਂ ਅਜਨਾਇ ਗੁਰਸੇਵਕ ਦੇ ਪਿਤਾ ਕਾਬਲ ਸਿੰਘ ਦਾ ਡੀਐਨਏ ਟੈਸਟ ਲਈ ਸੈਂਪਲ ਲਿਆ ਗਿਆ